ਗਰਮਜੀਤ ਸਿੰਘ ਔਜਲਾ ਦੀ ਕਹਾਣੀ ਰਿਟਾਇਰਡ ਕੈਪਟਨ ਰਣਜੀਤ ਸਿੰਘ ਨੇ ਘੜੀ ਵੇਖੀ 8 ਵੱਜ ਚੁੱਕੇ ਸਨ ਇਹ ਉਹਦੇ ਨਾਸ਼ਤੇ ਦਾ ਵੇਲਾ ਸੀ ਉਹਨੇ ਹੱਥਲੀ ਅਖਬਾਰ ਮੰਜੇ ਤੇ ਰੱਖ ਦਿੱਤੀ ਤੇ ਪਲੰਗ ਤੋਂ ਉੱਤਰ ਕੇ ਚੱਪਲਾਂ ਪਾਈਆਂ ਤੇ ਡਾਈਨਿੰਗ ਰੂਮ 'ਚ ਰੱਖੇ ਗਏ ਵੱਡੇ ਮੇਜ਼ ਵੱਲ ਤੁਰ ਪਿਆ 골ਡ ਡਾਈਨਿੰਗ ਟੇਬਲ ਦੇ ਵਾਲੇ ਪਈਆਂ 8 ਕੁਰਸੀਆਂ 'ਚੋਂ ਨੇ ਇੱਕ ਪਛਾਣ ਨੂੰ ਧੋਈ ਕੁਝ ਹੋਰ ਸਰਕਾਈ ਤੇ ਹਿਲਜੁਲ ਕੀਤੀ ਤੇ ਫਿਰ ਉਸੇ ਕੁਰਸੀ ਤੇ ਬਹਿ ਗਿਆ ਸਨਮਾਈਕਾ ਦੇ ਨਾਲ ਕੱਜੀ ਹੋਈ ਵੱਡੀ ਮੇਜ਼ ਤੇ ਕਪਤਾਨ ਦਾ ਨਾਸ਼ਤਾ ਪਿਆ ਸੀ। ਡਬਲ ਰੋਟੀ ਦਾ ਪੈਕੇਟ, ਜੈਮ ਦੀ ਖੁੱਲੇ ਮੂੰਹ ਤੇ ਵੱਡੇ ਟੱਕਣ ਵਾਲੀ ਬੋਤਲ, ਬਾਜ਼ਾਰੀ ਮੱਖਣ ਕੋਲ ਪਈ ਫ੍ਰਿਜ ਵਿੱਚ ਸੀ ਤੇ ਚਾਹ ਇੱਕ ਥਰਮਸ ਵਰਗੀ ਚਾਹਦਾਨੀ ਵਿੱਚ ਸੀ। ਨਾਸ਼ਤੇ ਦਾ ਉਪਰੋਕਤ ਮੀਨੂ ਕਪਟਨ ਨੂੰ ਪਸੰਦ ਨਹੀਂ ਸੀ। ਇਹਨਾਂ ਸਾਰੀਆਂ ਚੀਜ਼ਾਂ ਚੋਂ ਉਹ ਚਾਹ ਤੋਂ ਬਗੈਰ ਕੁਝ ਵੀ ਪਸੰਦ ਨਹੀਂ ਸੀ। ਨਾਸ਼ਤੇ ਤੇ ਖਾਣੇ ਪ੍ਰਤੀ ਨਾ ਪਸੰਦਗੀ ਉਹ ਨੂੰ ਆਪਣੀ ਪਤਨੀ ਦੀ ਯਾਦ ਲਿਆ ਕੇ ਉਦਾਸ ਕਰ ਦਿੰਦੀ ਸੀ। ਖਬਰੇ ਕਦੋਂ ਮੁੜੇਗੀ ਬਲਵੰਤ ਕੌਰ ਇੱਕ ਉਦਾਸ ਤੋਂ ਦੁਖੀ ਆਵਾਜ਼ ਕਪਤਾਨ ਦੇ ਮੂੰਹੋਂ ਨਿਕਲੀ ਪਤਨੀ ਦੀ ਯਾਦਾਂ ਦੇ ਨਾਲ ਹੀ ਉਹਨੂੰ ਆਪਣੀ ਪਤਨੀ ਦੁਆਰਾ ਉਹਦੇ ਲਈ ਬਣਾਇਆ ਤੇ ਪਰੋਸਿਆ ਖਾਣਾ ਤੇ ਨਾਸ਼ਤਾ ਵੀ ਯਾਦ ਆ ਜਾਂਦਾ ਉਸ ਯਾਦ ਆਏ ਖਾਣੇ ਤੇ ਨਾਸ਼ਤੇ ਦੀ ਖੁਸ਼ਬੂ ਗਰਮੀ ਤੇ ਜ਼ਬਾਨ ਤੇ ਆਉਣ ਵਾਲਾ ਸੁਆਦ ਉਹਦੀ ਨਸ ਨਸ ਤਸ ਸਮਾ ਗਿਆ ਕਿਤੇ ਬਲਵੰਤ ਕੌਰ ਛੇਤੀ ਮੁੜਾਏ ਉਦੇ ਮਨ ਚੋਂ ਇੱਕ ਉਦਾਸ ਇੱਛਾ ਤੇ ਤਕੜੀ ਕੜਵਾਹਟ ਨਿਕਲੀ ਨਾਲ ਹੀ ਉਹਨੂੰ ਅਹਿਸਾਸ ਕਰਵਾ ਦਿੱਤਾ ਕਿ ਬਲਵੰਤ ਕੌਰ ਤਾਂ ਅਜੇ 2 ਮਹੀਨੇ ਹੋਰ ਲਾ ਕੇ ਆਏਗੀ ਉਹਦੇ ਮਨ ਚੋਂ ਇੱਕ ਰੋਸ ਉੱਠਿਆ ਤੇ ਉਹਨੇ ਫੈਸਲਾ ਕੀਤਾ ਕਿ ਅੱਜ ਨਾਸ਼ਤਾ ਨਹੀਂ ਕਰੇਗਾ ਜਿਵੇਂ ਕਿ ਉਹ ਬਲਵੰਤ ਕੌਰ ਨਾਲ ਰੁੱਸ ਗਿਆ ਹੋਵੇ ਸੱਤ ਸਮੁੰਦਰੋਂ ਪਾਰ ਕੈਨੇਡਾ ਵੈਨਕੂਵਰ ਚ ਉਹਨਾਂ ਦੀ ਧੀ ਕੋਲ ਬੈਠੀ ਬਲਵੰਤ ਕੌਰ ਨਾਲ ਕਪਤਾਨ ਹਿੰਦੁਸਤਾਨ ਟੀ ਰੁੱਸ ਗਿਆ ਸੀ ਪਿਆਰ ਤੇ ਅਧਿਕਾਰ ਭਰੇ ਰੋਸੇ ਇਸ ਜੋੜੇ ਚ ਆਮ ਹੀ ਸਨ ਪਰ ਸਮੁੰਦਰੋਂ ਪਾਰ ਪਤਨੀ ਨਾਲ ਨਾਸ਼ਤੇ ਤੋਂ ਰੁਸਣਾ ਇਹ ਅੱਜ ਕੋਈ ਅਲੋਕਾਰਜਈ ਵਰਤਾਰਾ ਹੋ ਰਿਹਾ ਸੀ ਠੰਡੀਆਂ ਬ੍ਰੈਡ ਸਲਾਈਸਾਂ ਫ੍ਰਿਜ ਵਿੱਚ ਰੱਖਿਆ ਸਖਤ ਜੰਮਿਆ ਮੱਖਣ ਫਲਾਸਕ ਵਿੱਚ ਚਾ ਕਿਸੇ ਮਸ਼ਹੂਰ ਕੰਪਨੀ ਦਾ ਜੈਮ ਇਹ ਕੋਈ ਨਾਸ਼ਤਾ ਹੈ ਕਪਤਾਨ ਰਣਧੀਰ ਸਿੰਘ ਇਸ ਤਰ੍ਹਾਂ ਦਾ ਘਟੀਆ ਨਾਸ਼ਤਾ ਕਰੇ ਉਹਨੂੰ ਲੱਗਾ ਕਿ ਉਹਦਾ ਰੁਸਣਾ ਜਾਇਜ਼ ਹੈ ਸੋ ਉਹਦਾ ਸਮੁੰਦਰੋਂ ਪਾਰ ਗਈ ਬਲਵੰਤ ਕੌਰ ਨਾਲ ਤੋਸਾ ਹੋਰ ਵੀ ਵੱਧ ਗਿਆ ਜੇ ਬਲਵੰਤ ਕੌਰ ਅਜੇ ਇੱਥੇ ਹੁੰਦੀ ਤਾਂ ਉਹਦੇ ਲਈ ਇਹ ਨਾਸ਼ਤਾ ਨਾ ਹੁੰਦਾ ਨਰਮ ਮਹਿਕ ਦੇ ਘੋੜੀ ਦੀ ਭਾਫ਼ ਉਠਾਉਂਦੇ ਛੋਟੇ-ਛੋਟੇ ਚਾਰ ਨੁਕਰਾਂ ਵਾਲੇ ਦੋ ਪਰੌਂਠੇ ਆਲੂ ਵਾਲੇ ਉਹਦੀ ਪਲੇਟ 'ਚ ਰੱਖੇ ਹੋਣੇ ਸੀ ਬਲਵੰਤ ਕੌਰ ਨੇ ਤੇ ਦੋ ਪਰੌਂਠਿਆਂ ਨਾਲ ਹੀ ਕਪਤਾਨ ਦਾ ਢਿੱਡ ਭਰ ਜਾਂਦਾ ਸੀ ਪਰ ਬਲਵੰਤ ਕੌਰ ਵੱਧੋ-ਵੱਦੀ ਆਲੂ ਗੋਭੀ ਮੇਥੀ ਜਾਂ ਮੁੱਲੀ ਵਾਲਾ ਇੱਕ ਪਰੌਂਠਾ ਉਹਨੂੰ ਹੋਰ ਖਵਾ ਦਿੰਦੀ ਸੀ ਉਹਦੇ ਆਪਣਤ ਭਰੇ ਅਗਰੇ ਨੂੰ ਟਾਲ ਸਕਣਾ ਉਹਦੇ ਲਈ ਸੰਭਵ ਨਾ ਹੁੰਦਾ ਲੋੜ ਤੋਂ ਇੱਕ ਪਰੌਂਠਾ ਵੱਧ ਖਾ ਕੇ ਬਲਵੰਤ ਕੌਰ ਨਾਲ ਸ਼ਿਕਾਇਤ ਕਰਦਾ ਕਿ ਉਹਨੂੰ ਉਹਨੇ ਵੱਧ ਖਵਾ ਦਿੱਤਾ। ਉਹਦੀ ਇਸ ਸ਼ਿਕਾਇਤ ਦਾ ਅੰਦਾਜ਼ ਝਿੜਕ ਰੋਪ ਤੇ ਉਲੰਘੇ ਵਾਲਾ ਹੁੰਦਾ। ਉਹਦੇ ਇਸ ਸ਼ਿਕਾਇਤ ਯੋਗ ਅੰਦਾਜ਼ ਤੇ ਰਵੱਈਏ ਤੇ ਬਲਵੰਤ ਕੌਰ ਨੇ ਕਦੇ ਸ਼ਿਕਾਇਤ ਨਹੀਂ ਸੀ ਕੀਤੀ। ਵੇਖ ਬਲਵੰਤ ਆਹੀ ਹੈ ਮੇਰਾ ਨਾਸ਼ਤਾ। ਇਹ ਖਾਵਾਂ ਮੈਂ। 60 ਸਾਲਾਂ ਰਿਟਾਇਰਡ ਕਪਤਾਨ ਘਰ ਚ ਇਕੱਲਾ ਆਪਣੀ ਪਤਨੀ ਨੂੰ ਸੰਬੋਧਿਤ ਹੋ ਕੇ ਬੜਬੜਾਉਣ ਲੱਗ ਪਿਆ। اپنی ਪਤਨੀ ਦੇ ਨੇੜ ਦੀ ਇੱਛਾ ਉਹਦੇ ਉੱਤੇ ਬਹੁਤ ਭਾਰੂ ਹੋ ਗਈ ਸੀ। ਹੋਰ ਤੇਰੇ ਸਾਰੇ ਕੰਮ ਠੀਕ ਹੁੰਦੇ ਆ ਪਰ ਤੂੰ ਨੂਹ ਲੱਭਣ 'ਚ ਕਿਉਂ ਗਲਤੀ ਕੀਤੀ? ਕਪਤਾਨ ਨੇ ਸਮੁੰਦਰੋਂ ਪਾਰ ਬੈਠੀ ਬਲਵੰਤ ਕੌਰ ਨੂੰ ਲਾਮਾ ਦਿੱਤਾ। ਤੂੰ ਆਪਣੇ ਵਰਗੀ ਨੂਹ ਕਿਉਂ ਨਾਲ ਲਿਆਇਆ? ਚੀਨ ਤੇ ਪਾਕਿਸਤਾਨ ਨਾਲ ਹੋਈ ਯੁੱਧਾਂ 'ਚ ਕਮਾਲ ਦੀ ਬਹਾਦਰੀ ਵਿਖਾਉਣ ਵਾਲਾ ਕਪਤਾਨ ਆਪਣੇ ਘਰ 'ਚ ਇਸਤਰੀ ਪ੍ਰਮੁਖਤਾ ਦੇ ਮਹੱਤਵ ਨੂੰ ਸਵੀਕਾਰਦਾ ਹੋਇਆ ਨੂਹ ਤੇ ਪਤਨੀ ਦੇ ਗੁਣਾਂ ਦੀ ਸਮਾਨਤਾ ਦਿੱਤੀ ਬਿਰਿਛਾ ਕਰ ਰਿਹਾ ਸੀ। ਕਰਜਨਾਨੀ ਦਾ ਬਾਹਰ ਬੰਦੇ ਦਾ ਆਪਣੇ ਨਾਨੇ ਕੋਲੋਂ ਸੁਣੀ ਹੋਈ ਕਹਾਵਤ ਉਹਨੇ ਕਈ ਵਾਰ ਕਈਆਂ ਨੂੰ ਸੁਣਾਈ ਸੀ ਇਹ ਸੁੱਤੇ ਉਹਨੂੰ ਪੂਰਨ ਵਿਸ਼ਵਾਸ ਸੀ ਉਹ ਤਾਂ ਬਲਵੰਤ ਘਰ ਨਾਲ ਰੋਸਾ ਕਰੀ ਜਾ ਰਿਹਾ ਸੀ ਏਸੀ ਰੋਸੇ ਦੇ ਅਧੀਨ ਉਹ ਨਾਸ਼ਤਾ ਨਹੀਂ ਸੀ ਲੈ ਰਿਹਾ ਉਹਦਾ ਜੀ ਕਰਦਾ ਸੀ ਬਲਵੰਤ ਘਰ ਉੱਥੇ ਹੋਵੇ ਉਹਨੂੰ ਮਨਾ ਮਨਾ ਕੇ ਨਾਸ਼ਤਾ ਕਰਨ ਲਈ ਆਖੇ ਤੇ ਉਹ ਮੰਨੇ ਹੀ ਨਾ ਤੇ ਹੋਰ ਵੀ ਰੁਸਦਾ ਜਾਏ ਉਹਦੇ ਭੂਤਕਾਲ ਦੀ ਸੁੱਖਾਂ ਵੀ ਯਾਦ ਨੇ ਉਹਨੂੰ ਘੇਰ ਲਿਆ ਇੱਕ ਵਾਰ ਨਾਸ਼ਤੇ ਦਾ ਹੀ ਵਰਤ ਵਕਤ ਸੀ ਉਹਦਾ ਪੁੱਤ ਤੇ ਨੂੰ ਆਪਣੀ ਨੌਕਰੀ ਤੇ ਜਾ ਚੁੱਕੇ ਸੀ ਬਲਵੰਤ ਕੌਰ ਨੇ ਉਹਦੇ ਲਈ ਕद्दू ਕਸ ਕਰਕੇ ਗੋਭੀ ਦੇ ਪਰੌਂਠੇ ਬਣਾਏ ਹਰੀ ਮਿਰਚ ਦੇ ਬਹੁਤ ਹੀ ਬਰੀਕ ਬਰੀਕ ਟੁਕੜੇ ਵੀ ਬਲਵੰਤ ਕੌਰ ਨੇ ਕद्दूकस ਕੀਤੀ ਹੋਈ ਫੁੱਲ ਗੋਭੀ ਚ ਮਿਲਾ ਦਿੱਤੇ ਸੀ ਬੜੇ ਸੋਹਣੇ ਲਾਲ ਲਾਲ ਪਰੌਂਠੇ ਬਣੇ ਸੀ ਦੇਸੀ ਘਿਓ ਦੀ ਭਾਪ ਨੇ ਇੱਕ ਸੁਆਦਲੀ ਖੁਸ਼ਬੂ ਫਿਲਾ ਦਿੱਤੀ ਕਪਤਾਨ ਦੀ ਭੁੱਖ ਉਹਦੇ ਮਨਪਸੰਦ ਦੀ ਚੀਜ਼ ਕਾਰਨ ਕਈ ਗੁਣਾ ਵੱਧ ਗਈ ਸੀ ਉਕਕਾਲੀ ਕਾਲੀ ਗਰਮ ਗੋਭੀ ਤੇ ਹਰੀਆਂ ਮਿਰਚਾਂ ਵਾਲੇ ਪਰਾਂਠੇ ਨੂੰ ਚੱਥਣ ਤੇ ਨਿਗਲਣ ਲੱਗ ਪਿਆ ਪਰਾਂਠੇ ਦੀ ਗਰਮੀ ਨੇ ਕਪਤਾਨ ਦੀ ਜ਼ਬਾਨ ਤੇ ਸੇਕ ਕੁਝ ਅਧਿਕ ਤੀਜ਼ ਲਾ ਦਿੱਤਾ ਸੀ ਹਰੀ ਮਿਰਚ ਦੀ ਕੜਵਾਹਟ ਇਸੇ ਕਾਰਨ ਕੁਝ ਜ਼ਿਆਦਾ ਹੀ ਮਹਿਸੂਸ ਹੋਈ ਸੀ ਬਲਵੰਤ ਕਪਤਾਨ ਗਰਜਿਆ ਸੀ ਜਿਵੇਂ ਮਿਲਟਰੀ ਦੀ ਪ੍ਰੇਡ ਲਈ ਭਾਸ਼ਣ ਦਿੱਤਾ ਹੋਵੇ ਹਾਂਜੀ ਤੀਸਰਾ ਪਰਾਂਠਾ ਲਈ ਕਬਰਾਈ ਹੋਈ ਬਲਵੰਤ ਘਰ ਭੱਜੀ ਭੱਜੀ ਆਈ ਸੀ ਐਨੀਆਂ ਮਿਰਚਾਂ ਪਾਈਆਂ ਆ ਮੈਨੂੰ ਮਾਰਨਾ ਵਾ ਕਪਤਾਨ ਗੁੱਸੇ ਚ ਬੋਲ ਰਿਹਾ ਸੀ ਆਪਣੇ ਦਿਲ ਚੋਂ ਜਾਣਦਾ ਸੀ ਉਹਦੀ ਜ਼ਬਾਨ ਦੀ ਤਕਲੀਫ ਦਾ ਕਾਰਨ ਮਿਰਚਾਂ ਘੱਟ ਪਰ ਤੱਤੇ ਤੱਤੇ ਪਰੌਂਠੇ ਦੀਆਂ ਛੇਤੀ ਛੇਤੀ ਬੁਰਕੀਆਂ ਖਾਣੀਆਂ ਬਹੁਤਾ ਸੀ ਤਾਂ ਵੀ ਉਹ ਬਲਵੰਤ ਕੌਰ ਨੂੰ ਝਿੜਕੀ ਜਾ ਰਿਹਾ ਸੀ ਮਿਰਚ ਬਹੁਤੀ ਪੈ ਗਈ ਮੈਨੂੰ ਖਿਆਲ ਹੀ ਨਹੀਂ ਰਿਹਾ ਬਲਵੰਤ ਕੌਰ ਨੇ ਆਪਣੇ ਸੰਭਾਵਿਤ ਕਸੂਰ ਨੂੰ ਮੰਨਿਆ ਹੀ ਨਹੀਂ ਸਗੋਂ ਸੋਤੇ ਅਫਸੋਸ ਵੀ ਪ੍ਰਗਟ ਕਰ ਦਿੱਤਾ ਆ ਲੋ ਮੱਖਣ ਨਾਲ ਖਾਓ ਮਿਰਚ ਦਾ ਅਸਰ ਘਟ ਜਾਏਗਾ ਬਲਵੰਤ ਕਰਨੇ ਚਮਚੇ ਨਾਲ ਗਰਮ ਪਰੌਂਠੇ ਤੇ ਮੱਖਣ ਰੱਖਦਿਆਂ ਕਿਆ ਤੇ ਦੂਜੇ ਦੋਵੇਂ ਪਰੌਂਠੇ ਉਚਕ ਕੇ ਰਸੋਈ ਚ ਲੈ ਗਏ ਸੀ ਉਹਨੇ ਕਪਤਾਨ ਦੇ ਖਾਣ ਤੋਂ ਪਹਿਲਾਂ ਹੀ ਮਿਰਚਾਂ ਤੋਂ ਬਿਨਾਂ ਪਰੌਂਠਾ ਪਕਾ ਕੇ ਲਿਆਉਣਾ ਸੀ ਜ਼ੁਬਾਨ ਸਾੜ ਦਿੱਤੀ ਆ ਮੇਰੀ 28 ਸਾਲ ਫੌਜੀ ਅਫਸਰ ਰਹਿ ਕੇ ਵੀ ਪਿੰਡੂ ਬੋਲੀ ਚ ਪਿੰਡੂਆਂ ਵਾਂਗ ਹੀ ਆਪਣੀ ਪੜ੍ਹੀ ਲਿਖੀ ਪਤਨੀ ਤੇ ਰੋਪ ਪਾਈ ਜਾ ਰਿਆ ਸੀ ਨਿਮਰਤਾ ਵਾਲੀ ਬਲਵੰਤ ਕਰਨੇ ਜਿਵੇਂ ਸਭ ਕੁਝ ਗੋਲਿਆ ਨਾ ਹੋਵੇ ਆ ਲਓ ਜੀ ਇਹਨਾਂ ਚ ਮਿਰਚਾਂ ਨਹੀਂ ਹੈਗੀਆਂ ਬਲਵੰਤ ਕੌਰ ਨੇ ਦੋ ਹੋਰ ਪਰੌਂਠੇ ਲਿਆ ਕੇ ਪਲੇਟ 'ਚ ਰੱਖ ਦਿੱਤੇ ਸੀ। ਪਹਿਲਾ ਪਰੌਂਠਾ ਕਪਤਾਨ ਮੱਖਣ ਤੇ ਦਹੀਂ ਨਾਲ ਮੁਕਾ ਚੁੱਕਾ ਸੀ। ਨਵੇਂ ਆਏ ਪਰੌਂਠੇ ਮਿਰਚਾਂ ਤੋਂ ਬਿਨਾਂ ਕਪਤਾਨ ਨੂੰ ਸਵਾਦ ਨਹੀਂ ਸੀ ਲੱਗੇ। ਉਹ ਫੇਰ ਗਰਜਿਆ ਸੀ। ਪਹਿਲਾਂ ਤਾਂ ਜ਼ਬਾਨ ਸਾੜ ਦਿੱਤੀ ਤੇ ਹੁਣ ਬਿਲਕੁਲ ਫਿੱਕੇ ਹੀ ਕਰ ਦਿੱਤੇ ਆ। ਲਿਆ ਦੇ ਉਹੀ ਪਰੌਂਠੇ। ਮਿਰਚਾਂ ਸ਼ਾਇਦ ਕੌੜੀਆਂ ਨਹੀਂ ਸੀ ਪਰ ਕਪਤਾਨ ਦੀ ਆਵਾਜ਼ 'ਚ ਕੜਵਾਹਟ ਪੂਰੀ ਸੀ। ਲਿਆਈ ਜੀ, ਬਲਵੰਤ ਕੌਰ ਨੇ ਕਿਹਾ ਤੇ ਫੇਰ ਉਹੀ ਮਿਰਚਾਂ ਵਾਲੇ ਪਰੌਂਠੇ ਕਪਤਾਨ ਅੱਗੇ ਲਿਆ ਕੇ ਰੱਖ ਦਿੱਤੇ। ਹੁਣ ਪਰੌਂਠੇ ਠੰਡੇ ਹੋ ਗਏ ਸੀ ਦਾਹੀਂ ਤੇ ਮੱਖਣ ਨਾਲ ਮਿਰਚਾਂ ਕੌੜੀਆਂ ਨਹੀਂ ਬਲਕਿ ਸਵਾਦ ਲੱਗ ਰਹੀਆਂ ਸੀ। ਉਹ ਪਰੌਂਠੇ ਸਨ ਉਹ ਕਪਤਾਨ ਸੀ ਬਲਵੰਤ ਕੌਰ ਨੇ ਇਤਰਾਜ਼ ਕਦੀ ਵੀ ਕੁਝ ਨਹੀਂ ਸੀ ਕਿਹਾ। ਕਪਤਾਨ ਬਲਵੰਤ ਕੌਰ ਦੀ ਦੂਰੀ ਦਾ ਦੁੱਖ ਮਹਿਸੂਸ ਕਰ ਰਿਹਾ ਸੀ। ਉਸ ਤੋਂ ਬਿਨਾਂ ਉਹ ਆਪਣੇ ਆਪ ਨੂੰ ਨਿਹੱਥਾ ਤੇ ਇਕੱਲਾ ਸਮਝਦਾ। 6 ਮਹੀਨੇ ਹੋ ਗਏ ਸੀ ਬਲਵੰਤ ਕੌਰ ਨੂੰ ਗਈ ਨੂੰ। ਉਹਨਾਂ ਦੀ ਧੀ ਦਾ ਪਹਿਲਾ ਜਨਮਪਾ ਸੀ। ਰੱਬ ਨੇ ਉਹਨਾਂ ਨੂੰ ਦੋਤੇ ਦੀ ਪਿਆਰੀ ਦਾਤ ਬਖਸ਼ੀ ਸੀ। ਤੀਨ ਪੁੱਤਰ ਹੋ ਜਾਏ ਤਾਂ ਉਹਦਾ ਪੈਰ ਸੌਰੇ ਘਰ ਚ ਲੱਗ ਜਾਂਦੇ ਆ ਕੈਨੇਡਾ ਜਾ ਕੇ ਵੀ ਹਿੰਦੂਸਤਾਨੀਆਂ ਦੀ ਇਹੋ ਹੀ ਪਰੰਪਰਾ ਬਣੀ ਰਹੀ ਸੀ ਕਪਤਾਨ ਆਪਣੀ ਧੀ ਦਾ ਪੁੱਤਰ ਵਾਲੀ ਬਣਨ ਕਰਕੇ ਰੱਬ ਦਾ ਸ਼ੁਕਰਗੁਜ਼ਾਰ ਹੋਇਆ ਸੀ ਉਹਦੀ ਪਤਨੀ ਉਹਦੀ ਧੀ ਤੇ ਦੋਤੇ ਨੂੰ ਹੀ ਤਾਂ ਸੰਭਾਲ ਰਹੀ ਸੀ 2 ਮਹੀਨਿਆਂ ਦਾ ਦੋਤਾ ਤੇ ਹੋਈ ਗਿਆ ਸੀ ਤੇ ਫਿਰ ਬਲਵੰਤ ਕੌਰ ਤੇ ਉਹਦੇ ਦੋਤੇ ਨੂੰ ਵੀ ਇੱਥੇ ਹਿੰਦੁਸਤਾਨ ਹੀ ਲੈ ਆਉਣਾ ਸੀ। ਉਹਨਾਂ ਦੀ ਧੀ ਕੈਨੇਡਾ ਚ ਨੌਕਰੀ ਕਰਦੀ ਸੀ ਇਸ ਲਈ ਛੋਟਾ ਬੱਚਾ ਉਹਦੇ ਲਈ ਸੰਭਾਲਣਾ ਬਹੁਤ ਮੁਸ਼ਕਲ ਸੀ। ਪਰ ਇੱਥੇ ਇਸ ਬੁੱਢੇ ਜੋੜੇ ਨੂੰ ਤਾਂ ਬੜਾ ਪਿਆਰਾ ਰੋਝੇਵਾਂ ਲੱਭ ਜਾਏਗਾ। ਬਲਵੰਤ ਉਹਦੇ ਦੋਤੇ ਨੂੰ ਨਾਲ ਲੈ ਕੇ ਆਏਗੀ ਇਹ ਸੋਚ ਕੇ ਕਪਤਾਨ ਦਾ ਮਨ ਖੜ ਗਿਆ। ਉਹਨੇ ਫਲਾਸਕ ਵਿੱਚੋਂ ਚਾਹ ਕੱਪ ਵਿੱਚ ਪਾਈ ਜਿਹੜੀ ਉਹਦੀ ਨੂੰ ਬਣਾ ਕੇ ਰੱਖ ਗਈ ਸੀ। ਉਹਨੇ ਚਾਹ ਦਾ ਘੁੱਟ ਭਰਿਆ। ਮਾਨੋ ਬਲਵੰਤ ਕੌਰ ਨੇ ਉਹਨੂੰ ਮਨਾ ਲਿਆ ਹੋਵੇ। ਬਸ ਬਲਵੰਤ ਦੋਤੇ ਨੂੰ ਲੈ ਕੇ ਰਾਜ਼ੀ ਖੁਸ਼ੀ ਆ ਜਾਏ ਉਹਦੇ ਮਨ ਚ ਖਾਸ਼ ਉਠੀ ਇਹਦੀ ਪੂਰਤੀ ਲਈ ਉਹ ਰੱਬ ਅਗੇ ਬੇਨਤੀ ਵਿੱਚ ਲੱਗ ਗਿਆ ਤੇ ਚਾਹ ਮੁਕਾ ਕੇ ਉਹਨੇ ਆਸ ਨੂੰ ਬਲਵੰਤ ਕਰਨ ਲਈ ਸੁਖਮਨੀ ਸਾਹਿਬ ਦੇ ਪਾਠ ਦੀ ਸਲਾਹ ਬਣਾ ਲਈ ਦੋਤੇ ਤੇ ਬਲਵੰਤ ਕੌਰ ਦੀ ਸੁਖਾਵੀ ਭਾਵੇਂ ਲੰਮੀ ਉਡੀਕ ਨੇ ਉਹਦੀ ਖਿਜ ਨੂੰ ਤੋਂ ਹਟਾ ਦਿੱਤੀ ਜਿਹੜੀ ਬਲਵੰਤ ਵਰਗੇ ਪਰੌਂਠੇ ਨਹੀਂ ਸੀ ਬਣਾ ਸਕਦੀ ਧੰਨਵਾਦ